ਡੈਨਿਕਸ ਵਗੈਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ ਆਲ ਪੰਜਾਬ ਟਰੱਕ ਆਪਰੇਟਰ ਦੇ ਜਿਹੜੇ ਕਿ ਲਾਡੋਵਾਲ ਟੋਲ ਪਲਾਜ਼ਾ ਉੱਤੇ ਪਹੁੰਚਣਾ ਸ਼ੁਰੂ ਹੋ ਚੁੱਕੇ ਹੋਏ ਨੇ ਤਾਂ ਹੁਣ ਅਪਡੇਟ ਇਹ ਆ ਰਹੀ ਹੈ ਕਿ 2 ਵਜੇ ਤੱਕ ਜਿਹੜਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਤਾਂ ਤਸਵੀਰਾਂ ਤੁਹਾਨੂੰ ਲਾਡੋਵਾਲ ਟੋਲ ਪਲਾਜ਼ਾ ਦੀਆਂ ਦਿਖਾ ਰਹੇ ਹਾਂ ਜਿੱਥੇ ਵੱਡੀ ਗਿਣਤੀ ਵਿੱਚ ਟਰੱਕ ਆਪਰੇਟਰ ਇੱਥੇ ਪਹੁੰਚ ਚੁੱਕੇ ਹੋਏ ਨੇ ਤਾਂ ਹੁਣ ਸ਼ਾਂਤਮਈ ਤਰੀਕੇ ਨਾਲ ਸਾਈਡ 'ਤੇ ਜਿਹੜਾ ਕਿ ਪ੍ਰਦਰਸ਼ਨ ਉਹ ਕੀਤਾ ਜਾ ਰਿਹਾ। ਹਾਲਾਂਕਿ ਹਜੇ ਟੋਲ ਪਲਾਜ਼ਾ ਬੰਦ ਨਹੀਂ ਕੀਤਾ ਗਿਆ, ਨਾ ਹੀ ਹਾਈਵੇ ਬੰਦ ਕੀਤਾ ਗਿਆ, ਨੈਸ਼ਨਲ ਹਾਈਵੇ ਦੇ ਇੱਕ ਸਾਈਡ 'ਤੇ ਬੈਠ ਕੇ ਧਰਨਾ ਜਿਹੜਾ ਉਹ ਦਿੱਤਾ ਜਾ ਰਿਹਾ। ਤਾਂ ਪ੍ਰਸ਼ਾਸਨ ਦੇ ਨਾਲ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ, ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮ ਅਤੇ ਅਫਸਰ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਹੁਣ ਦਰੀਆਂ ਵਿਛਾਉਣ ਨੂੰ ਲੈ ਕੇ ਵੀ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਸੀ ਕਿ ਜ਼ਿਆਦਾ ਅੱਗੇ ਤੱਕ ਜਿਹੜੀਆਂ ਦਰੀਆਂ ਨੇ ਉਹ ਨਹੀਂ ਵਿਛਾਉਣੀਆਂ, ਤੁਸੀਂ ਪਿੱਛੇ ਤੱਕ ਹੀ ਰੱਖੋ। ਤਾਂ ਆਪਸ ਦੇ ਵਿੱਚ ਉਲਝਦੇ ਹੋਏ ਵੀ ਨਜ਼ਰ ਆਏ ਸੀਗੇ। ਤਾਂ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਲਾਡੋਵਾਲ ਟੋਲ ਪਲਾਜ਼ਾ ਦੀਆਂ ਜੋ ਨਿਰੰਤਰ ਚੱਲਦਾ ਹੋਇਆ ਨਜ਼ਰ ਆ ਰਿਹਾ। ਰੋਡ ਦੇ ਉੱਤੇ, ਹਾਈਵੇ ਦੇ ਉੱਤੇ, ਨੈਸ਼ਨਲ ਹਾਈਵੇ ਦੇ ਉੱਤੇ ਕੋਈ ਵੀ ਜਿਹੜਾ ਕਿ ਧਰਨਾ ਪ੍ਰਦਰਸ਼ਨ ਹੈ ਉਹ ਹਾਲੇ ਤੱਕ ਨਹੀਂ ਦਿੱਤਾ ਜਾ ਰਿਹਾ। ਤਾਂ ਪ੍ਰਸ਼ਾਸਨ ਦੇ ਵੱਲੋਂ ਤਿਆਰੀ ਹੈ ਜਿਹੜੀ ਕਿ ਉਹ ਜ਼ਰੂਰ ਕੀਤੀ ਗਈ ਹੈ। ਵਾਟਰ ਕੈਨਨ ਦੀਆਂ ਗੱਡੀਆਂ ਇੱਥੇ ਖੜੀਆਂ ਕੀਤੀਆਂ ਗਈਆਂ ਨੇ। ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਅਤੇ ਅਫਸਰ ਜਿਹੜੇ ਨੇ ਉਹ ਤੈਨਾਤ ਕੀਤੇ ਗਏ ਨੇ। ਤਾਂ ਹੁਣ ਇਹ ਕਿਹਾ ਜਾ ਰਿਹਾ ਕਿ 2 ਵਜੇ ਤੱਕ ਜਿਹੜਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਹੀ ਰੋਡ ਦੇ ਇੱਕ ਸਾਈਡ 'ਤੇ ਬੈਠ ਕੇ ਇਹ ਜਿਹੜਾ ਕਿ ਪ੍ਰਦਰਸ਼ਨ ਉਹ ਕੀਤਾ ਜਾਣਾ। ਤਾਂ ਚੰਡੀਗੜ੍ਹ ਦੇ ਵਿੱਚ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਜਿਹੜੀ ਕਿ ਮੀਟਿੰਗ ਹੈ ਉਹ ਲਗਾਤਾਰ ਚੱਲ ਰਹੀ ਹੈ ਟਰੱਕ ਆਪਰੇਟਰਾਂ ਦੀ। ਤਾਂ ਹੁਣ ਕਿਹਾ ਇਹ ਜਾ ਰਿਹਾ ਕਿ 2 ਵਜੇ ਤੱਕ ਇੱਕ ਸਾਈਡ 'ਤੇ ਬੈਠ ਕੇ ਹੀ ਪ੍ਰਦਰਸ਼ਨ ਹੈ ਜਿਹੜਾ ਕਿ ਉਹ ਕੀਤਾ ਜਾਵੇਗਾ। ਤਾਂ ਦਰੀਆਂ ਵਿਛਾਈਆਂ ਜਾ ਰਹੀਆਂ ਨੇ, ਹਾਈਵੇ ਦੀ ਇੱਕ ਸਾਈਡ ਦੇ ਉੱਤੇ ਬੈਠ ਕੇ ਪ੍ਰਦਰਸ਼ਨ ਹੈ ਜਿਹੜਾ ਕਿ ਉਹ ਕੀਤਾ ਜਾ ਰਿਹਾ। ਤਾਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਹੈ ਜਿਹੜਾ ਕਿ ਉਹ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਨੇ ਲਾਡੋਵਾਲ ਟੋਲ ਪਲਾਜ਼ਾ ਦੀਆਂ। ਕਿਹਾ ਜਾ ਰਿਹਾ ਸੀ ਕਿ 12 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਰਹੇਗਾ, ਪਰ ਹੁਣ ਅਪਡੇਟ ਇਹ ਹੈ ਕਿ 2 ਵਜੇ ਤੱਕ ਇਸੇ ਤਰ੍ਹਾਂ ਸ਼ਾਂਤਮਈ ਤਰੀਕੇ ਦੇ ਨਾਲ ਹੀ ਸੜਕ ਦੀ ਸਾਈਡ 'ਤੇ ਬੈਠ ਕੇ ਹੀ ਪ੍ਰਦਰਸ਼ਨ ਹੈ ਜਿਹੜਾ ਕਿ ਕਰਨਗੇ ਟਰੱਕ ਆਪਰੇਟਰ। ਤਾਂ ਲਾਡੋਵਾਲ ਟੋਲ ਪਲਾਜ਼ਾ ਹਾਲੇ ਚੱਲਦਾ ਹੋਇਆ ਨਜ਼ਰ ਆ ਰਿਹਾ। ਹਾਂਜੀ, ਕੀ ਕਹਿਣਾ ਚਾਹੋਗੇ? ਟੋਲ ਬੰਦ ਕਰਵਾਓ, ਟੋਲ ਬੰਦ ਕਰਵਾਓ ਬਈ, 430 ਰੁਪਏ ਲੈਂਦੇ ਜੀ ਟੈਂਪਰੇਰੀ ਨੰਬਰ ਹੈ ਗੱਡੀ ਦਾ। ਦਿੱਕਤ ਆ ਰਹੀ ਹੈ ਜੀ ਕਾਫੀ, ਤੇ ਹੋਰ ਕੀ ਦਿੱਕਤ ਆ ਹੀ ਰਹੀ ਹੈ, 430 ਰੁਪਏ ਥੋੜਾ ਹੁੰਦਾ ਹੈ, ਇੱਧਰ ਜਾਣਾ ਸਿੰਗਲ ਸਾਈਡ ਦਾ 500 ਰੁਪਏ ਲੈਂਦੇ। ਫਾਸਟੈਗ ਨਹੀਂ ਲੱਗਿਆ? ਫਾਸਟੈਗ ਨਹੀਂ ਲੱਗਿਆ, ਚਲੋ ਟੈਂਪਰੇਰੀ ਨੰਬਰ ਹੈਗਾ ਤੇ ਫਿਰ ਵੀ 430 ਰੁਪਏ ਲੈ ਰਹੇ ਹੈ, ਗਲਤ ਗੱਲ ਹੈ। ਲੋਕ ਵੀ ਜਿਹੜੇ ਟੋਲ ਤੋਂ ਪਰੇਸ਼ਾਨ ਜ਼ਰੂਰ ਨਜ਼ਰ ਆ ਰਹੇ ਨੇ। ਤਾਂ ਤਸਵੀਰਾਂ ਤੁਹਾਨੂੰ ਲਾਡੋਵਾਲ ਟੋਲ ਪਲਾਜ਼ਾ ਦੀਆਂ ਦਿਖਾ ਰਹੇ ਹਾਂ, ਜਿੱਥੇ ਆਵਾਜਾਈ ਜਿਹੜੀ ਕਿ ਨਿਰੰਤਰ ਚੱਲਦੀ ਹੋਈ ਨਜ਼ਰ ਆ ਰਹੀ ਹੈ। ਤਾਂ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ, ਵਾਟਰ ਕੈਨਨ ਦੀਆਂ ਗੱਡੀਆਂ ਖੜੀਆਂ ਕੀਤੀਆਂ ਗਈਆਂ ਨੇ, ਪੰਜਾਬ ਪੁਲਿਸ ਦੇ ਅਫਸਰ ਅਤੇ ਮੁਲਾਜ਼ਮ ਜਿਹੜੇ ਕਿ ਉਹ ਤੈਨਾਤ ਕੀਤੇ ਗਏ ਨੇ। ਤਾਂ ਟਰੱਕ ਆਪਰੇਟਰ ਜਿਹੜੇ ਕਿ ਸਾਈਡ 'ਤੇ ਬੈਠ ਕੇ ਧਰਨਾ ਜਿਹੜੇ ਕਿ ਦਿੰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਇਹ ਤਸਵੀਰਾਂ ਨੇ ਲਾਡੋਵਾਲ ਟੋਲ ਪਲਾਜ਼ਾ ਦੀਆਂ। ਤਾਂ ਸਵੇਰ ਤੋਂ ਹੀ ਟਰੱਕ ਆਪਰੇਟਰ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਹੋਏ ਸੀ। ਤਾਂ ਹੁਣ ਅਪਡੇਟ ਇਹ ਆ ਰਹੀ ਹੈ ਕਿ 2 ਵਜੇ ਤੱਕ ਸ਼ਾਂਤਮਈ ਤਰੀਕੇ ਦੇ ਨਾਲ ਹੀ ਜਿਹੜਾ ਕਿ ਪ੍ਰਦਰਸ਼ਨ ਹੈ ਉਹ ਇੱਕ ਰੋਡ ਦੀ ਇੱਕ ਸਾਈਡ 'ਤੇ ਬੈਠ ਕੇ ਕੀਤਾ ਜਾਵੇਗਾ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਲਾਡੋਵਾਲ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤਰਿਕ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾਂ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚਾਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ 'ਚ ਸਮਾਧਾਨ, ਫ੍ਰੀ। ਆਰ ਕੇ ਤਾਂਤਰਿਕ, ਮੋਬਾਈਲ 9518555093, 7105, 98475, ਪਤਾ ਪੰਜਾਬ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ।
इंस्टाग्राम, एक्स और व्हाट्सएप चैनल पर।